ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਇੱਕ ਹਰਦੀਪ ਸਿੰਘ ਦੀਪਾ ਨਾਮੀ ਗੈਂਗਸਟਰ ਨੂੰ ਫੜਨ ਦਾ ਦਾਵਾ ਕੀਤਾ ਗਿਆ ਹੈ, ਜਿਸ ਦੇ ਕੋਲੋਂ ਪੁਲਿਸ ਨੇ ਇੱਕ ਪਿਸਟਲ, 32 ਬੋਰ ਸਮੇਤ 6 ਕਾਰਤੂਸ ਅਤੇ ਇੱਕ ਪਿਸਟਲ ਨੂੰ MM ਸਮੇਤ 2 ਕਾਰਤੂਸ ਬਰਾਮਦ ਕੀਤੇ ਨੇ। ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਦੀਪ ਸਿੰਘ ਦੀਪਾ ਸੀ ਕੈਟਾਗਰੀ ਦਾ ਗੈਂਗਸਟਰ ਹੈ, ਜਿਸ ਤੇ 19 ਦੇ ਕਰੀਬ ਲੁੱਟ ਖੋ ਅਤੇ ਕਤਲ ਦੇ ਅਪਰਾਧਿਕ ਮਾਮਲੇ ਦਰਜ ਨੇ। ਉਹਨਾਂ ਨੇ ਦੱਸਿਆ ਕਿ ਮਹਿਲ ਕਲਾ ਦੇ ਵਿੱਚ ਚੈਕਿੰਗ ਦੇ ਦੌਰਾਨ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਰਿਮਾਂਡ ਤੇ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਕ ਸੀ ਕੈਟਾਗਰੀ ਦਾ ਗੈਂਗਸਟਰ ਹੈ, ਇਹਦਾ ਨਾਮ ਹਰਦੀਪ ਦੀਪਾ ਹੈ। ਇਹ ਮਹਿਲ ਕਲਾਂ ਥਾਣੇ ਦਾ ਰਹਿਣ ਵਾਲਾ ਹੈ ਔਰ ਇਹਦੇ ਪਹਿਲਾਂ ਇਹਦੇ 'ਤੇ 19 ਦੇ ਕਰੀਬ ਪਰਚੇ ਦਰਜ ਹਨ ਔਰ ਜਿਹੜੇ ਨਾਕੇ 'ਤੇ ਚੈਕਿੰਗ ਦੌਰਾਨ ਅਤੇ ਇਸਦੀ ਖੁਫੀਆ ਪੜਤਾਲ ਤੋਂ ਸਾਨੂੰ ਪਤਾ ਚੱਲਿਆ ਸੀ ਕਿ ਇਹ ਵਿਅਕਤੀ ਹਲੇ ਵੀ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਹਿੱਸਾ ਲੈ ਰਿਹਾ ਔਰ ਇਹਦੇ ਤੋਂ ਇੱਕ 9 MM ਪਿਸਟਲ ਬਰਾਮਦ ਹੋਇਆ ਅਤੇ ਇੱਕ 32 ਬੋਰ ਦਾ ਪਿਸਟਲ ਬਰਾਮਦ ਹੋਇਆ। ਇਸ ਤੋਂ ਇਲਾਵਾ ਕੁਝ ਕਾਰਤੂਸ ਇਹਦੇ ਕੋਲੋਂ ਬਰਾਮਦ ਹੋਏ ਨੇ ਦੋਨੋਂ ਪਿਸਟਲਸ ਦੇ, ਅਤੇ ਉਹਦੇ ਸੰਬੰਧ ਦੇ ਵਿੱਚ ਅਸੀਂ ਤਫਤੀਸ਼ ਦੇ ਵਿੱਚ ਸਾਰੀ ਕੁਝ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ। 16 ਤਰੀਕ ਨੂੰ FIR ਦਰਜ ਕੀਤੀ ਗਈ ਸੀ ਮਹਿਲ ਕਲਾਂ ਥਾਣੇ ਦੇ ਵਿੱਚ ਔਰ ਇੰਸਪੈਕਟਰ ਰਾਹੁਲ ਕੌਸ਼ਲ ਜੀ ਅਤੇ ਉਹਨਾਂ ਦੀ ਟੀਮ ਨੇ ਇਹ ਇੱਕ ਬਹੁਤ ਵਧੀਆ ਇਲੈਕਸ਼ਨਾਂ ਦੇ MCC ਕੋਡ ਇਨਫੋਰਸ ਹੋਣ ਤੋਂ ਬਾਅਦ ਜਿਹੜੇ ਮਾੜੇ ਵਿਅਕਤੀਆਂ ਦੀ ਚੈਕਿੰਗ ਇਹ ਕਰ ਰਹੇ ਨੇ ਉਹਦੇ ਵਿੱਚ ਇਹਨਾਂ ਨੂੰ ਸਫਲਤਾ ਔਰ ਇਹਦੇ ਗਰੁੱਪ ਦੇ ਜਿਹੜੇ ਮੇਨ ਕੁਖਿਆਤ ਗੈਂਗਸਟਰ ਨੇ ਉਹ ਜੇਲ੍ਹ ਦੇ ਵਿੱਚ ਬਣਨੇ। ਇਹ ਧਰਮਿੰਦਰ ਗੁਗਨੀ ਨਾਮ ਦਾ ਵਿਅਕਤੀ ਹੈ, ਉਹਦੇ ਬਾਰੇ ਵਿੱਚ ਵੀ ਅਸੀਂ ਤਫਤੀਸ਼ ਦੇ ਵਿੱਚ ਲਿਆਵਾਂਗੇ ਔਰ ਉਸਨੂੰ ਨਾਮਜ਼ਦ ਕਰਾਂਗੇ। ਬਿਊਰੋ ਰਿਪੋਰਟ, ਦਾ TV।